ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਅੱਜ ਅਸੀਂ ਆਪ ਜੀ ਲਈ ਅੰਮ੍ਰਿਤਸਰ ਸ਼ਾਹੀ ਦਸਤਾਰ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਦੇ ਵਿੱਚ ਅਸੀਂ ਦੱਸਾਂਗੇ ਦਸਤਾਰ ਦੇ ਇੱਕ ਪੇਜ ਦੇ ਵਿੱਚੋਂ ਦੋ ਪੇਜ ਕਿਸ ਤਰੀਕੇ ਨਾਲ ਬਣਾਈਦੇ ਨੇ ਸਭ ਤੋਂ ਪਹਿਲਾਂ ਪੇਜ ਆਪਾਂ ਪਲੇਨ ਹੀ ਲਗਾਵਾਂਗੇ ਤੇ ਬਾਕੀ ਸਾਰੇ ਪੇਚਾਂ ਦੀ ਆਪਾਂ ਦੋ ਦੋ ਲੜ ਬਣਾਵਾਂਗੇ ਦਸਤਾਰ ਸਜਾਉਣ ਲਈ ਸਭ ਤੋਂ ਪਹਿਲਾਂ ਆਪਾਂ ਸਿੰਪਲ ਪੂਣੀ ਕਰਕੇ ਪੂਣੀ ਦਾ ਇੱਕ ਕਿਨਾਰਾ ਮੂਹ ਦੇ ਵਿੱਚ ਫੜ ਲੈਣਾ ਹੈ ਤੇ ਪੂਣੀ ਨੂੰ ਬੈਕ ਸਾਈਡ ਤੋਂ ਫਰੰਟ ਤੇ ਲਿਆਉਣਾ ਹੈ ਤੇ ਫਰੰਟ ਤੇ ਲੈ ਕੇ ਪਹਿਲਾ ਲੜ ਆਪਾਂ ਹਾਫ ਫੋਲਡ ਕਰ ਦਵਾਂਗੇ ਤਾਂ ਕਿ ਲੜ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਅੱਧੀ ਅੱਖ ਤੇ ਅੱਧੀ ਗੱਲ ਟੱਕ ਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਨੈਕਸਟ ਲੜ ਜਿਹੜਾ ਲਗਾਵਾਂਗੇ ਉਹ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਸਦੇ ਬਿਲਕੁਲ ਨਾਲ ਹੀ ਲਗਾਉਣਾ ਹੈ ਪਹਿਲੇ ਲੜ ਦੇ ਬਿਲਕੁਲ ਨਾਲ ਲਗਾ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਤੇ ਫਰੰਟ ਦੇ ਵਿੱਚ ਲਿਆ ਕੇ ਹਲਕਾ ਜਿਹਾ ਪਿੰਚ ਕਰਕੇ ਆਪਾਂ ਦਸਤਾਰ ਦੇ ਵਿੱਚੋਂ ਇੱਕ ਲੜ ਬਣਾਵਾਂਗੇ ਤੇ ਬਾਕੀ ਦਾ ਜਿਹੜਾ ਕੱਪੜਾ ਨੀਚਲਾ ਹੋਗਾ ਉਸ ਦੇ ਨਾਲ ਆਪਾਂ ਸੈਕੰਡ ਲੜ ਬਣਾ ਦੇਣਾ ਹੈ ਪਿੰਚ ਕਰਕੇ ਅੰਮ੍ਰਿਤਸਰ ਸ਼ਾਈ ਦਸਤਾਰ ਸਜਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ ਬਹੁਤ ਹੀ ਈਜ਼ੀ ਵੇ ਹੈ ਫਰੰਟ ਤੇ ਪਿੰਚ ਕਰਕੇ ਲੜ ਨੂੰ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਲੜ ਨੂੰ ਪਿੱਛੇ ਤੱਕ ਸਾਫ਼ ਕਰਕੇ ਉਂਗਲੀਆਂ ਦੀ ਮਦਦ ਨਾਲ ਲਗਾ ਦੇਣਾ ਹੈ ਦਸਤਾਰ ਇਹ ਆਪਾਂ ਜਿਹੜੇ ਦੋਵੇਂ ਲੜ ਨੇ ਨੇੜੇ-ਨੇੜੇ ਲਗਾਵਾਂਗੇ ਬਾਸ ਦੀ ਹੈਲਪ ਦੇ ਨਾਲ ਇਹਨਾਂ ਨੂੰ ਸੈੱਟ ਕਰਕੇ ਆਪਾਂ ਦੂਰ ਗੈਪ ਸੈੱਟ ਕਰਾਂਗੇ ਇਹਨਾਂ ਦਾ ਤੇ ਹਲਕੀ ਜਿਹੀ ਮੋਟਾਈ ਵਧੀਆ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਸੈਂਟਰ ਪੁਆਇੰਟ ਇੱਕੋ ਜਗ੍ਹਾ ਤੇ ਹੋਣਾ ਚਾਹੀਦਾ ਸਾਰੇ ਲੜਾਂ ਦਾ ਬਿਲਕੁਲ ਪਿੱਛੇ ਤੱਕ ਆਪਾਂ ਸਫਾਈ ਕਰਾਂਗੇ ਭੇ ਆਦੀ ਚੰਗੀ ਤਰ੍ਹਾਂ ਲੜਾਂ ਨੂੰ ਸਾਫ਼ ਕਰਕੇ ਬੈਕ ਸਾਈਡ ਤੱਕ ਹਲਕਾ ਜਾਂ ਹਲਕਾ ਹੱਥ ਨਾਲ ਗੈਪ ਸੈੱਟ ਕਰ ਲੈਣਾ ਲੜਾਂ ਦੇ ਵਿੱਚ ਕੱਪੜਾ ਬਰਾਬਰ ਹੋਣਾ ਚਾਹੀਦਾ ਹੈ ਤਾਂ ਹੀ ਬਾਅਦ ਦੇ ਵਿੱਚ ਇਹ ਲੜ 3D ਵਧੀਆ ਹੋਣਗੇ ਕਿਸੇ ਵੀ ਲੜ ਦੇ ਵਿੱਚ ਕੱਪੜਾ ਘੱਟ ਵੱਧ ਨਹੀਂ ਹੋਣਾ ਚਾਹੀਦਾ ਲੜ ਮੋਟੇ ਪਤਲੇ ਨਹੀਂ ਹੋਣੇ ਚਾਹੀਦੇ ਗੈਪ ਬਿਲਕੁਲ ਬਰਾਬਰ ਰੱਖਣਾ ਨੈਕਸਟ ਲੜ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਸਦੇ ਬਿਲਕੁਲ ਨਾਲ ਹੀ ਲਗਾਵਾਂਗੇ ਤੇ ਬਾਅਦ ਵਿੱਚ ਲੜਨੋ ਚੰਗੀ ਤਰ੍ਹਾਂ ਸਾਫ਼ ਕਰਕੇ ਫਰੰਟ ਤੇ ਲਿਆ ਕੇ ਇੱਕ ਦੇ ਦੋ ਪੇਚ ਬਣਾਵਾਂਗੇ ਪਿੰਚ ਕਰਕੇ ਇੱਕ ਪੇਚ ਤੇ ਬਾਕੀ ਦੇ ਕੱਪੜੇ ਦੇ ਨਾਲ ਸੈਕੰਡ ਪੇਚ ਬਣਾ ਲੈਣਾ ਤੇ ਜਿੱਥੇ ਆਪਾਂ ਸੈਕੰਡ ਲੜ ਮੋੜਿਆ ਸੀ ਉਸੇ ਜਗ੍ਹਾ ਤੇ ਇਸ ਨੂੰ ਵੀ ਲਗਾ ਦੇਵਾਂਗੇ ਚੰਗੀ ਤਰ੍ਹਾਂ ਲਾ ਕੇ ਹਲਕਾ ਜਿਹਾ ਲੜਨੋ ਖਿੱਚ ਕੇ ਉਹਨਾਂ ਲਈ ਮਦਦ ਦੇ ਨਾਲ ਲੜਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਤੇ ਲੜਾਂ ਨੂੰ ਇਕੱਠੇ ਕਰਕੇ ਰੱਖ ਦੇਣਾ ਲੜਾਂ ਦੇ ਵਿੱਚ ਗੈਪ ਜਿਹੜਾ ਆਪਾਂ ਬਾਅਦ ਦੇ ਵਿੱਚ ਬਾਜ ਦੀ ਹੈਲਪ ਦੇ ਨਾਲ ਮੇਨਟੇਨ ਕਰਿਆ ਕਰਾਂਗੇ ਪਹਿਲਾਂ ਇਕੱਠੇ ਇਕੱਠਿਆਂ ਨੂੰ ਲੜਾਂ ਨੂੰ ਰੱਖ ਦੇਣਾ ਹਲਕਾ ਜਿਹਾ ਦਬ ਕੇ ਲੜਨ ਨੂੰ ਬਾਜ ਦੀ ਹੈਲਪ ਦੇ ਨਾਲ ਸੈਂਟਰ ਪੁਆਇੰਟ ਸੈੱਟ ਕਰਕੇ ਤੇ ਮੋਟਾਈ ਸੈੱਟ ਕਰਨੀ ਹੈ ਲੜਣਾ ਦਾ ਸੈਂਟਰ ਹੈ ਜਿਹੜਾ ਇੱਕੋ ਜਗ੍ਹਾ ਤੇ ਹੋਣਾ ਚਾਹੀਦਾ ਤਾਂ ਹੀ ਦਸਤਾਰ ਸਜਾਈ ਸੋਹਣੀ ਲੱਗੇਗੀ ਚੰਗੀ ਤਰ੍ਹਾਂ ਪਿੱਛੇ ਤੱਕ ਲੜਾ ਨੂੰ ਸੈੱਟ ਕਰਕੇ ਫਰੰਟ ਤੋਂ ਸੈਂਟਰ ਪੁਆਇੰਟ ਬਣਾ ਲੈਣਾ ਨੈਕਸਟ ਲੜ ਜਿਹੜਾ ਆਪਾਂ 3rd ਲੜ ਲਗਾਇਆ ਹਲਕਾ ਜਿਹਾ ਗੈਪ ਦੇ ਕੇ ਨੀਚੇ ਵਾਲੀ ਸਾਈਡ ਨੂੰ ਲਿਆਉਣਾ ਹੈ ਬੈਕ ਸਾਈਡ ਤੋਂ ਤੇ ਫਰੰਟ ਤੇ ਲਿਆ ਕੇ ਜਿੱਥੇ ਆਪਾਂ ਪਹਿਲਾਂ ਪਿੰਚ ਕੀਤੇ ਨੇ ਨਾਲ ਉਸੇ ਜਗ੍ਹਾ ਤੇ ਇੱਕ ਦੇ ਦੋ ਪੇਚ ਬਣਾ ਕੇ ਲਗਾ ਦੋਗੇ ਇਹ ਦਸਤਾਰ ਸਜਾਉਣ ਦਾ ਸਭ ਤੋਂ ਈਜ਼ੀ ਵੇ ਹੈ ਬਹੁਤ ਹੀ ਵਧੀਆ ਤਰੀਕਾ ਹੈ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਇੱਕ ਦੇ ਦੋ ਪੇਚ ਬਣਾ ਸਕਦੇ ਹਾਂ ਇਸ ਦਸਤਾਰ ਦੇ ਵਿੱਚ ਸਫਾਈ ਦੀ ਬਹੁਤ ਇੰਪੋਰਟੈਂਸ ਹੈ ਬਾਜ਼ ਦੀ ਮਦਦ ਨਾਲ ਸਭ ਸਫਾਈ ਜ਼ਰੂਰ ਰੱਖਣੀ ਆਪਾਂ ਦਸਤਾਰ ਦੇ ਵਿੱਚ ਤਾਂ ਹੀ ਇਹ ਦਸਤਾਰ ਸਜਾਈ ਸੋਹਣੀ ਲੱਗੇਗੀ। ਇਹ ਦਸਤਾਰ ਸਜਾਉਣ ਲਈ ਥੋੜਾ ਜਿਹਾ ਟਾਈਮ ਵੱਧ ਲੱਗਦਾ ਹੈ। ਇੱਕ ਦੇ ਦੋ ਪੇਚ ਬਣਾ ਕੇ ਇਕੱਠੇ ਕਰਕੇ ਹਲਕਾ ਜਿਹਾ ਲੜਨ ਉਤੋਂ ਦੀ ਖਿੱਚ ਲੈਣਾ। ਤੇ ਬਾਜ਼ ਦੀ ਹੈਲਪ ਦੇ ਨਾਲ ਦੇਖ ਸਕਦੇ ਹੋ ਤੁਸੀਂ ਇੱਕ ਦੇ ਦੋ ਪੇਚ ਬਣਾ ਲੈ। ਲੜਾਂ ਦੇ ਵਿੱਚ ਗੈਪ ਇੱਕ ਬਰਾਬਰ ਹੋਣਾ ਚਾਹੀਦਾ ਹੈ। ਕੀਥੇ ਕਿੱਲੜਾਂ ਦੇ ਗੈਪ ਨੂੰ ਸੈੱਟ ਕਰ ਲੈਣਾ। ਲੜਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਨਾ। ਚੰਗੀ ਤਰ੍ਹਾਂ ਸੈਂਟਰ ਪੁਆਇੰਟ ਸੈੱਟ ਕਰਕੇ ਲੜਾਂ ਦੇ ਵਿੱਚ ਸਫਾਈ ਕਰ ਲੈਣੀ ਆ ਜਿੰਨੀ ਸਫਾਈ ਹੋਏਗੀ ਦਸਤਾਰ ਉਨੀ ਹੀ ਜ਼ਿਆਦਾ ਸੋਹਣੀ ਲੱਗੇਗੀ ਤੇ ਲੜਾਂ ਦੀ ਮੋਟਾਈ ਇੱਕ ਬਰਾਬਰ ਰੱਖਣੀ ਹੈ ਤਾਂ ਕਿ ਬਾਅਦ ਦੇ ਵਿੱਚ ਆਪਾਂ ਜੋ ਲੜ 3D ਕਰੀਏ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਸਾਰੇ ਲੜ ਇੱਕ ਬਰਾਬਰ ਮੋٹے ਹੋਣ ਨੈਕਸਟ ਨੈਕਸਟ ਲੜ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਾਂ ਪਹਿਲੇ ਤਿੰਨ ਲੜ ਲਗਾਏ ਨੇ ਹਲਕਾ ਜਿਹਾ ਗੈਪ ਦੇ ਕੇ ਸਾਫ ਕਰਕੇ ਫਰੰਟ ਤੇ ਲਿਆ ਕੇ ਇੱਕ ਦੇ ਦੋ ਪੇਚ ਬਣਾ ਕੇ ਲੜਨ ਲਗਾ ਦੇਣਾ ਹੈ ਇੱਕ ਪੇਚ ਬਣਾਇਆ ਜਦੋਂ ਆਪਾਂ ਪੇਚ ਬਣਾ ਰਹੇ ਹਾਂ ਤਾਂ ਚੰਗੀ ਤਰ੍ਹਾਂ ਆਪਾਂ ਦਸਤਾਰ ਦਾ ਕੱਪੜਾ ਪੇਚਾਂ ਦੇ ਵਿੱਚ ਫੜਨਾ ਹੈ ਤਾਂ ਕਿ ਲੜ ਮੋٹے ਹੋ ਸਕਣ ਇੱਕ ਪੇਚ ਬਣਾਇਆ ਦੇਖ ਸਕਦੇ ਹੋ ਤੁਸੀਂ ਦਸਤਾਰ ਦੇ ਵਿੱਚ ਕੱਪੜਾ ਆਪਾਂ ਫੜ ਲੈਣਾ ਤੇ ਸੈਕੰਡ ਲੜ ਹਲਕਾ ਜਿਹਾ ਤੇਲ ਸਾਈਡ ਤੋਂ ਫੋਲਡ ਤੇ ਦਸ ਚੰਗੀ ਤਰ੍ਹਾਂ ਪੇਚਾਂ ਨੂੰ ਸੈੱਟ ਕਰਕੇ ਲਗਾ ਦੇਣਾ ਫਰੰਟ ਸਾਈਡ ਤੋਂ ਦਸਤਾਰ ਨੂੰ ਦਬਾ ਦੇਣਾ ਹੈ ਤਾਂ ਕਿ ਆਪਣੀ ਸ਼ੇਪ ਸੈੱਟ ਹੋ ਸਕੇ ਸੈਂਟਰ ਪੁਆਇੰਟ ਸੈੱਟ ਕਰਕੇ ਲੜਾ ਨੂੰ ਮੋਟਾ ਕਰ ਦੇਣਾ ਚੰਗੀ ਤਰ੍ਹਾਂ ਬਾਜ਼ ਦੀ ਹੈਲਪ ਦੇ ਨਾਲ ਲੜਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਸੈਂਟਰ ਪੁਆਇੰਟ ਸੈੱਟ ਹੋਣਾ ਚਾਹੀਦਾ ਬਿਲਕੁਲ ਦਸਤਾਰ ਦੀ ਲੈਂਥ 8 ਮੀਟਰ ਦੀ ਹੈ ਤੇ ਰੂਬੀਆ ਕਪੜਾ ਜਿਹੜਾ ਯੂਜ਼ ਕਰ ਰਹੇ ਹਾਂ ਅਸੀਂ ਰੂਬੀਆ ਕਪੜੇ ਦੀ ਅੰਮ੍ਰਿਤਸਰ ਸ਼ਾਹੀ ਦਸਤਾਰ ਵਧੀਆ ਸਜਾਈ ਜਾਂਦੀ ਹੈ ਫੁੱਲ ਵੈਲ ਦਾ ਕਪੜਾ ਹਲਕਾ ਹੁੰਦਾ ਉਸ ਦੇ ਵਿੱਚ ਲੱੜ ਮੋٹے ਨਹੀਂ ਹੁੰਦੇ ਹੈਗੇ ਰੂਬੀਆ ਦੇ ਵਿੱਚ ਕਪੜਾ ਹੈਵੀ ਹੋਣ ਕਰਕੇ ਇਹਨਾਂ ਤੇ ਲੜਾਂ ਦੀ ਸ਼ੇਪ ਸੋਹਣੀ ਆ ਜਾਂਦੀ ਹੈ ਇਸ ਲਈ ਅਸੀਂ ਰੂਬੀਆ ਕਪੜਾ ਯੂਜ਼ ਕਰਦੇ ਹਾਂ ਜਿਹੜੇ ਵੀਰ ਫੁੱਲ ਵੈਲ ਕਪੜਾ ਯੂਜ਼ ਕਰਦੇ ਨੇ ਉਹ ਫੁੱਲ ਵੈਲ ਦੀ ਹੀ ਦਸਤਾਰ ਸਜਾ ਸਕਦੇ ਨੇ ਹੁਣ ਆਪਣਾ ਦਸਤਾਰ ਦਾ ਆਪਾਂ ਲਾਸਟ ਲੜ ਲਗਾਉਣਾ ਹੈ ਇਹ ਲੜ ਦੇ ਆਪਾਂ ਦੋ ਲੜਾਂ ਨਹੀਂ ਬਣਾਉਣਾ ਇਸ ਦੇ ਵਿੱਚ ਕਪੜਾ ਕੱਟ ਹੋਣ ਕਰਕੇ ਇਸ ਦਾ ਇੱਕੋ ਹੀ ਲੜ ਲਗਾਵਾਂਗੇ ਇਹ ਵਾਲਾ ਲੜ ਲਾਸਟ ਲੜ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਣਾ ਹੈ ਇਸ ਦੇ ਉੱਤੇ ਆਪਾਂ ਕਲਗੀ ਵਾਲਾ ਲੜ ਲਗਾਉਣਾ ਹੈ ਕੋਈ ਵੀ ਇਸ ਦੇ ਵਿੱਚ ਵੱਟ ਨਹੀਂ ਹੋਣੀ ਚਾਹੀਦੀ ਲੜ ਦੇ ਵਿੱਚ ਫਰੰਟ ਤੇ ਲਿਆ ਕੇ ਜਿੱਥੇ ਆਪਾਂ ਪਹਿਲਾਂ ਲੜ ਮੋੜੇ ਨੇ ਉਸੇ ਜਗ੍ਹਾ ਤੇ ਇਸ ਲੜ ਨੂੰ ਵੀ ਮੋੜ ਦੇਵਾਂਗੇ ਕਿਤਨਾ ਸਾਫ ਕਰਕੇ ਲੜਨੂੰ ਬਾਸ ਦੀ ਹੈਲਪ ਦੇ ਨਾਲ ਲੜਨੂੰ ਮੋਟਾ ਕਰ ਲੈ। ਇਸ ਲੜਨੂੰ ਮੋਟਾ ਕਰਨ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਕਪੜਾ ਘੱਟ ਹੁੰਦਾ ਹੈ ਇਸ ਕਰਕੇ ਥੋੜਾ ਜਿਹਾ ਹਲਕਾ ਇਸ ਲੜਨੂੰ ਤੁਸੀਂ ਢਿੱਲਾ ਵੀ ਲਗਾ ਸਕਦੇ ਹੋ ਤਾਂ ਕਿ ਮੋਟਾ ਵਧੀਆ ਹੋ ਸਕੇ। ਚੰਗੀ ਤਰ੍ਹਾਂ ਬਟਨ ਨੂੰ ਨੀਚੇ ਵਾਲੀ ਸਾਈਡ ਨੂੰ ਖਿੱਚ ਲੈਣਾ। ਸੈਂਟਰ ਪੁਆਇੰਟ ਬਿਲਕੁਲ ਸੈੱਟ ਕਰ ਲੈਣਾ ਬਾਅਦ ਦੀ ਮਤਲਬ ਇਹ ਨਾਲ ਸਾਰੇ ਲੜਾਂ ਨੂੰ ਸੈਂਟਰ ਦੇ ਵਿੱਚ ਟਾਈਟ ਕਰ ਦੇਣਾ ਤੇ ਮੋਟਾਈ ਤੇ ਗੈਪ ਇੱਕ ਬਰਾਬਰ ਕਰ ਦੇਣਾ ਸਾਰੇ ਲੜਾਂ ਦਾ ਬੈਕ ਸਾਈਡ ਦੇ ਲੜਾਂ ਨੂੰ ਸੈੱਟ ਕਰ ਲੈਣਾ ਜਿਹੜਾ ਲੜਾਪਾ ਮੂਹ ਦੇ ਵਿੱਚ ਫੜਿਆ ਸੀ ਉਸ ਨੂੰ ਬੈਕ ਸਾਈਡ ਤੇ ਲੈ ਕੇ ਤੇ ਪਹਿਲਾ ਲੜਾਪਾ ਉੱਤੇ ਵਾਲੀ ਸਾਈਡ ਨੂੰ ਖਿੱਚ ਲੈਣਾ ਤੇ ਉਸ ਦੇ ਨਾਲ ਆਪਾਂ ਸਿਰ ਕਵਰ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਪੱਸੇ ਰਲਾ ਲੜਕੀ ਚ ਹੈ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਸਿਰ ਦੇ ਉੱਤੇ ਚੰਗੀ ਤਰ੍ਹਾਂ ਪਹਿਲਾਂ ਵਿਛਾ ਲੈਣਾ ਹੈ ਤੇ ਬਾਜ ਦੇ ਵਿੱਚ ਦੋਵੇਂ ਹੱਥਾਂ ਦੀ ਹੈਲਪ ਦੇ ਨਾਲ ਦਸਤਾਰ ਦੇ ਵਿੱਚ ਦੋਵੇਂ ਸਾਈਡਾਂ ਤੇ ਚੰਗੀ ਤਰ੍ਹਾਂ ਫਸਾ ਦੇਣਾ ਹੈ ਤਾਂ ਕਿ ਆਪਣਾ ਸਿਰ ਕਵਰ ਹੋ ਸਕੇ ਵਧੀਆ ਤਰੀਕੇ ਨਾਲ ਬਾਜ ਦੀ ਹੈਲਪ ਤੇ ਨਾਲ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਬਾਜ ਦੇ ਵਿੱਚ ਜਿਹੜਾ ਆਪਣਾ ਲੜ ਹੈਗਾ ਉਸ ਨੂੰ ਖਿੱਚ ਲੈਣਾ ਹੈ ਉਸ ਦਿਨ ਆਪਣਾ ਲੜ ਜਿਹੜਾ ਸਿਰ ਆਲਾ ਟਾਈਟ ਹੋ ਜਾਵੇਗਾ ਤੇ ਸਿਰ ਕਵਰ ਹੋ ਜਾਵੇਗਾ ਹੁਣ ਆਪਾਂ ਲੜ ਲਗਾਉਣਾ ਹੈ ਕਲਗੀ ਵਾਲਾ ਲਾਸਟ ਲੜਾ ਹੈ ਆਪਣਾ ਪਹਿਲਾਂ ਸੈਂਟਰ ਸੈੱਟ ਕਰ ਲਵੋ ਬਾਸ ਦੇ ਹੈਲਪ ਦੇ ਨਾਲ ਸਾਰੇ ਲੜਾਂ ਨੂੰ ਟਾਈਟ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੈਂਟਰ ਦੇ ਵਿੱਚ ਸਾਰੇ ਲੜ ਟਾਈਟ ਕਰਨੇ ਨੇ ਫਰੰਟ ਸਾਈਡ ਤੋਂ ਦਸਤਾਰ ਨੂੰ ਦਬਾ ਦੇਣਾ ਤੇ ਵੱਟ ਜਿਹੜੇ ਨੇ ਆਪਣੇ ਸਾਰੇ ਥੱਲੇ ਖਿੱਚ ਲੈਣੇ ਨੇ ਤਾਂ ਕਿ ਇਹ ਸਾਰੇ ਵੱਟ ਕਲਗੀ ਵਾਲੇ ਲੜ ਦੇ ਥੱਲੇ ਲੁਕ ਜਾਣ ਤੇ ਉੱਥੇ ਵਾਲੇ ਸਾਈਡ ਤੋਂ ਦਸਤਾਰ ਬਿਲਕੁਲ ਪਲੇਨ ਹੋ ਜਾਵੇ। ਚੰਗੀ ਤਰ੍ਹਾਂ ਲੜ ਨੂੰ ਖੋਲ ਕੇ ਹਾਫ نیچے ਵਾਲੀ ਸਾਈਡ ਤੋਂ ਫੋਲਡ ਕਰਨਾ ਹੈ ਹਾਫ ਉੱਤੇ ਵਾਲੀ ਸਾਈਡ ਤੋਂ ਫੋਲਡ ਕਰਨਾ ਹੈ। ਸਾਫ਼ ਕਰਕੇ ਲੜ ਨੂੰ ਨੱਕ ਦੇ ਬਿਲਕੁਲ ਸਿੱਧੇ ਦੇ ਵਿੱਚ ਲਿਆ ਕੇ ਟਵਿਸਟ ਕਰਕੇ ਪਿੰਨ ਦੀ ਹੈਲਪ ਦੇ ਨਾਲ ਲਗਾ ਦੇਣਾ ਹੈ ਸਾਫ਼ ਕਰਕੇ ਅੱਖ ਤੱਕ ਖੋਲ ਕੇ ਉੱਤੇ ਵਾਲੀ ਸਾਈਡ ਤੋਂ ਵੀ ਹਲਕਾ ਜਿਹਾ ਖੋਲ ਕੇ ਪਲੇਨ ਕਰਕੇ ਬਿਲਕੁਲ ਲੜ ਨੂੰ ਹੱਥ ਪੇੜ ਦੇਣਾ ਉੱਤੇ ਤਾਂ ਕਿ ਲੜ ਬਿਲਕੁਲ ਸੈੱਟ ਹੋ ਜਾਵੇ ਤੇ ਨੱਕ ਦੇ ਬਿਲਕੁਲ ਸਿੱਧੇ ਵਿੱਚ ਲੈ ਕੇ ਟਵਿਸਟ ਕਰ ਦੇਣਾ ਲੜ ਨੂੰ ਜਿਸ ਜਗ੍ਹਾ ਤੋਂ ਆਪਾਂ ਟਵਿਸਟ ਕਰਨਾ ਹੈ ਉੱਥੇ ਆਪਾਂ ਪਿੰਨ ਲਗਾ ਦੇਣੀ ਹੈ ਤਾਂ ਕਿ ਲੜ ਵਧੀਆ ਖੜ ਜਾਵੇ ਤੇ ਬਾਅਦ ਵਿੱਚ ਖਿਸਕੇ ਨਾ ਥੋੜੀ ਆਪਾਂ ਪਿੰਨ ਟੇਢੀ ਲਗਾਵਾਂਗੇ ਜਿਸ ਨਾਲ ਆਪਣੇ ਲੜ ਨੂੰ ਵਧੀਆ ਸਪੋਰਟ ਮਿਲੇਗੀ ਪਿੰਨ ਲਗਾ ਕੇ ਲੜ ਖੋਲ ਲੈਣਾ ਵੀ ਸ਼ੇਪ ਦੇ ਦੇਣੀ ਹੈ ਲੜ ਨੂੰ ਤੇ ਉੱਪਰਲੀ ਸਾਈਡ ਆਪਾਂ ਲੜ ਨੂੰ ਤਸਤਾਰ ਦੇ ਵਿੱਚ ਫਸਾ ਦੇਣਾ ਪਿੰਨਾ ਦੀ ਮਦਦ ਨਾਲ ਲੜ ਨੂੰ ਟਿਕਾ ਲੈਣਾ ਤਾ ਕੀ ਬਾਅਦ ਦੇ ਵਿੱਚ ਲੜ ਖੁੱਲੇ ਨਾ ਉੱਪਰ ਵਾਲੀ ਸਾਈਡ ਤੇ ਚੰਗੀ ਤਰ੍ਹਾਂ ਲੜ ਨੂੰ ਪਸਾ ਦੇਣਾ ਆਪਣੀ ਦਸਤਾਰ ਲਗਭਗ ਕੰਪਲੀਟ ਹੋ ਚੁੱਕੀ ਹੈ ਹਲਕਾ ਹਲਕਾ ਲੜਾ ਨੂੰ ਹੁਣ ਆਪਾਂ 3D ਕਰਾਂਗੇ ਉਸ ਤੋਂ ਪਹਿਲਾਂ ਸ਼ੇਪ ਸੈੱਟ ਕਰ ਲੈਣੀ ਹੈ ਤੇ ਜਿਹੜਾ ਬੈਕ ਸਾਈਡ ਤੇ ਲੂਪੀ ਵਾਲਾ ਲੜ ਹੈ ਉਹ ਵੀ ਲਗਾਵਾਂਗੇ ਹਾਫ ਦੋਵਾਂ ਸਾਈਡਾਂ ਤੋਂ ਹਾਫ ਹਾ ਫੋਲਡ ਕਰਕੇ ਲੂਪੀ ਵਾਲਾ ਲੜ ਲਗਾ ਦੇਣਾ ਪਿੰਚ ਕਰ ਕਰਕੇ ਹਲਕਾ ਹਲਕਾ ਲੜਾ ਨੂੰ 3D ਕਰਨਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿੰਨੇ ਜ਼ੋਰ ਦੀ ਪਿੰਚ ਕਰੋਗੇ ਉਹਨੇ ਤੁਹਾਡੇ ਲੜ 3D ਹੋਣਗੇ ਦੋ ਇੱਕ ਇੱਕ ਲੜ ਨੂੰ ਇੱਕ ਦੋ ਵਾਰੀ ਤਾਂ ਤੁਸੀਂ ਪਿੰਚ ਕਰੋਗੇ ਤਾਂ ਤੁਹਾਡੇ ਜਾ ਕੇ ਵਧੀਆ ਲੜ ਪਿੰਚ 3D ਹੋਣਗੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਦਬ ਕੇ ਪਿੰਚ ਕਰਨਾ ਹੈ ਤੁਹਾਡੇ ਜੜ ਲੜ ਜਿੰਨੇ ਮੋٹے ਹੋਣਗੇ ਉਹਨੇ ਜਿਆਦਾ 3D ਹੋਣਗੇ ਇਸ ਲਈ ਕਪੜਾ ਵਧੀਆ ਚੰਗਿਤਰਾ ਲੜਾਂ ਦੇ ਵਿੱਚ ਕਪੜਾ ਹੋਣਾ ਚਾਹੀਦਾ ਆਪਣੀ ਦਸਤਾਰ ਲਗਭਗ ਕੰਪਲੀਟ ਹੋ ਚੁੱਕੀ ਹੈ ਸਾਰੇ ਲੜਾਂ ਨੂੰ ਤੁਸੀਂ ਦੇਖ ਲਿਆ ਕਿ ਇਸ ਤਰੀਕੇ ਨਾਲ ਪਿੰਚ ਕਰਨਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ